ਸਤਿ ਸ਼੍ਰੀ ਅਕਾਲ ਜੀ, ਵੈਲਕਮ ਇਨ ਦਿਸ ਸਪੈਸ਼ਲ ਸ਼ੋ ਹੋਮਿਓਪੈਥੀ ਵਿਦ ਡਾਕਟਰ ਚੌਧਰੀ। ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭ ਦਰਸ਼ਕਾਂ ਦਾ ਸਵਾਗਤ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਡਾਕਟਰ ਇਫਤਿਖਾਰ ਚੌਧਰੀ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੌਧਰੀ ਸਾਹਿਬ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਡਾਕਟਰ ਚੌਧਰੀ ਹੋਮਿਓਪੈਥੀ ਔਰ ਹਰਬਲ ਦਵਾਈਆਂ ਦੇ ਫੀਲਡ ਦੇ ਵਿੱਚ ਇੱਕ ਜਾਣਿਆ ਮਾਨਿਆ ਨਾਮ ਹੈ, ਬਹੁਤ ਮਸ਼ਹੂਰ ਡਾਕਟਰ ਨੇ ਔਰ ਲੋਕ ਦੂਰ ਦੂਰ ਤੋਂ ਹੋਮਿਓਪੈਥੀ ਔਰ ਹਰਬਲ ਦਵਾਈਆਂ ਦੇ ਬਾਰੇ ਇਲਾਜ ਨੂੰ ਲੈ ਕੇ ਡਾਕਟਰ ਸਾਹਿਬ ਨੂੰ ਕੰਸਲਟ ਕਰਦੇ ਨੇ ਔਰ ਹਰ ਵਾਰ ਇਸ ਹਰ ਸਾਡੇ ਸਟੂਡੀਓ ਦੇ ਵਿੱਚ ਡਾਕਟਰ ਸਾਹਿਬ ਤੁਹਾਡੇ ਸਵਾਲਾਂ ਦਾ ਜਵਾਬ ਦਿੰਦੇ ਨੇ ਔਰ ਜੇ ਕਈ ਐਸੀਆਂ ਬਿਮਾਰੀਆਂ ਨੇ, ਕਈ ਐਸੇ ਡਿਸੀਜ਼ ਨੇ ਜਿਨ੍ਹਾਂ ਦੇ ਇਲਾਜ ਹਰਬਲ ਔਰ ਹੋਮਿਓਪੈਥੀ ਦਵਾਈਆਂ ਦੇ ਵਿੱਚ ਨੇ, ਉਹਦਾ ਸਾਨੂੰ ਨਿਦਾਨ, ਉਹਦੇ ਸਾਨੂੰ ਜੋ ਰੈਮਡੀਜ਼ ਨੇ ਉਹ ਸਾਨੂੰ ਨਾਲ ਡਿਸਕਸ ਕਰਦੇ ਨੇ। ਡਾਕਟਰ ਸਾਹਿਬ, ਅਸੀਂ ਪਿਛਲੇ ਹਫ਼ਤੇ ਤੁਹਾਡੇ ਨਾਲ ਡਿਸਕਸ ਕੀਤਾ ਸੀ ਕਿ ਹਾਰਮੋਨਲ ਬੈਲੈਂਸ ਨੂੰ ਲੈ ਕੇ ਕਈ ਲੋਕਾਂ ਦੀ ਜਿਹੜੀ ਸੈਕਸੁਅਲ ਲਾਈਫ ਹੁੰਦੀ ਹੈ, ਉਹਨਾਂ ਦੇ ਪਰਸਨਲ ਲਾਈਫ ਹੈ, ਉਹਦੇ 'ਤੇ ਬੜਾ ਇਫੈਕਟ ਪੈਂਦਾ ਹੈ ਐਂਡ ਇਟਸ ਵੈਰੀ ਇੰਟੀਮੇਟ ਚੀਜ਼ ਹੁੰਦੀ ਹੈ, ਲੋਕ ਸ਼ਰਮ ਕਰਦੇ ਆ ਪੁੱਛਣ ਦੇ ਵਿੱਚ। ਸਾਨੂੰ ਦਰਸ਼ਕਾਂ ਨੂੰ ਦੱਸ ਦਈਏ ਕਿ ਇਸ ਦੌਰਾਨ ਸਾਨੂੰ ਕਾਫੀ ਮੇਲਸ ਆਏ ਨੇ, ਈਮੇਲ ਦੇ ਵਿੱਚ ਲੋਕਾਂ ਨੇ ਆਪਣੇ ਸਵਾਲ ਕਰਕੇ ਪੁੱਛੇ ਨੇ, ਫੋਨ 'ਤੇ ਚਾਹੇ ਸ਼ਾਇਦ ਉਹ ਹਿਚਕਦੇ ਸੀ ਗੱਲ ਕਰਨ ਤੋਂ ਔਰ ਇਸ ਦੌਰਾਨ ਕਈ ਮਰੀਜ਼ਾਂ ਨੇ ਤੁਹਾਡੇ ਨਾਲ ਵੀ, ਪੇਸ਼ੈਂਟਸ ਨੇ ਡਾਇਰੈਕਟ ਫੋਨ ਕਰਕੇ ਕੀਤੀ ਹੈ। ਅਤੇ ਅੱਜ ਵੀ ਅਸੀਂ ਉਸੀ ਟੌਪਿਕ ਨੂੰ ਕੰਟੀਨਿਊ ਕਰਦੇ ਹੋਏ ਡਾਕਟਰ ਸਾਹਿਬ ਤੋਂ ਇਹ ਜਾਣਨਾ ਚਾਹਾਂਗੇ ਕਿ ਜੋ ਹਾਰਮੋਨਲ ਬੈਲੈਂਸ ਕਰਕੇ ਕਈ ਲੋਕਾਂ ਦੀ ਜੋ ਸੈਕਸੁਅਲ ਲਾਈਫ ਹੈ, ਉਹਨਾਂ ਦੀ ਜੋ ਓਵਰਆਲ ਪਰਫਾਰਮੈਂਸ ਹੈ ਜਾਂ ਉਹਨੂੰ ਲੈ ਕੇ ਜੋ ਚੀਜ਼ਾਂ ਹੁੰਦੀਆਂ, ਅਸੀਂ ਉਹ ਤੇ ਪਿਛਲੀ ਵਾਰੀ ਡਿਸਕਸ ਕੀਤਾ ਸੀ, ਉਹਦੇ ਕਾਰਨ ਕੀ ਨੇ। ਅਸੀਂ ਹੁਣ ਇਸ ਵਾਰੀ ਡਿਸਕਸ ਕਰਦੇ ਹਾਂ ਕਿ ਉਹਨਾਂ ਦੀ ਰੈਮੇਡੀ ਕੀ ਹੈ, ਨਿਦਾਨ ਕੀ ਹੈ, ਕਿਸ ਤਰ੍ਹਾਂ ਉਹਨਾਂ ਦਾ ਉਪਚਾਰ ਕੀਤਾ ਜਾ ਸਕਦਾ, ਕਿਸ ਤਰ੍ਹਾਂ ਉਹਦਾ ਇਲਾਜ ਕੀਤਾ ਜਾ ਸਕਦਾ। ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਇੱਕ ਨੋਰਮਲ ਇਨਸਾਨ ਆਪਣੇ ਜੋ ਸਟ੍ਰੈਸ ਫਰੀ ਲਾਈਫ, ਆਪਣਾ ਲਾਈਫ ਸਟਾਈਲ ਚੇਂਜ ਕਰਕੇ, ਆਪਣੇ ਖਾਣ ਪੀਣ ਦੀ ਹੈਬਿਟਾਂ ਚੇਂਜ ਕਰਕੇ, ਉਹ ਕਿਸ ਤਰ੍ਹਾਂ ਨੋਰਮਲ ਲਾਈਫ ਜੀ ਸਕਦਾ ਜੀ। ਬਹੁਤ ਅੱਛਾ ਤੁਸੀਂ ਕੁਐਸਚਨ ਕੀਤਾ ਔਰ ਇਹਦਾ ਹੱਲ ਵੀ ਜਿਹੜਾ ਅਸੀਂ ਪਿਛਲੀ ਦਫ਼ਾ ਪ੍ਰੋਗਰਾਮ ਕੀਤਾ ਸੀ ਕਿ ਸੈਕਸ਼ੂਅਲ ਵੀਕਨੈਸ ਜਿਹੜੀ ਹੈ ਉਹ ਬਹੁਤ ਕਾਮਨ ਪ੍ਰੋਬਲਮ ਹੈ ਇੱਥੇ, ਔਰ ਉਹਦੀ ਜਿਹੜੀ ਵਜ੍ਹਾ ਹੈ ਇੱਕ ਤਾਂ ਕੁਦਰਤੀ ਤੌਰ 'ਤੇ ਹੈ ਕਿ ਅਗਰ ਬੰਦੇ ਦਾ ਮਤਲਬ ਹਾਰਮੋਨ ਲੈਵਲ ਘੱਟ ਹੈ, ਸਪਰਮ ਕਾਊਂਟ ਘੱਟ ਨੇ, ਅਤੇ ਉਹਦਾ ਇਲਾਜ ਹੋਣਾ ਚਾਹੀਦਾ ਪ੍ਰੋਪਰ। ਲੇਕਿਨ ਅਕਸਰ ਲੋਕ ਜਿਹੜੇ ਹੈ ਉਹ ਉਹਨਾਂ ਦਾ ਕੋਈ ਇਸ ਤਰ੍ਹਾਂ ਦਾ ਕੋਈ ਪ੍ਰੋਬਲਮ ਨਹੀਂ ਹੁੰਦਾ, ਲੇਕਿਨ ਉਹਨਾਂ ਦੀ ਜਿਹੜੀ ਲਾਈਫ ਸਟਾਈਲ ਹੈ ਉਹ ਇਤਨਾ ਬਿਜ਼ੀ ਰੱਖਿਆ ਹੋਇਆ ਹੈ, ਖਾਣੇ ਪੀਣੇ 'ਤੇ ਧਿਆਨ ਨਹੀਂ ਦਿੰਦੇ, ਟਾਈਮਿੰਗ ਨਹੀਂ ਮਤਲਬ ਕੱਢਦੇ ਆਪਣੇ ਮਤਲਬ ਹਸਬੈਂਡ ਵਾਈਫ ਦੇ ਰਿਲੇਸ਼ਨ ਵਾਸਤੇ। ਅਤੇ ਅੱਜ ਅਸੀਂ ਉਹੀ ਗੱਲ ਕਰਾਂਗੇ ਕਿ ਕੀ ਕਰਨਾ ਚਾਹੀਦਾ। ਅੱਛਾ, ਇੱਕ ਤਾਂ ਹੈ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਆਪਣੀ ਲਾਈਫ ਨੂੰ ਥੋੜ੍ਹਾ ਜਿਹਾ ਸਲੋ ਕਰੋ, ਕਿਉਂਕਿ ਕੰਮ ਜਿਹੜੇ ਨੇ ਮੁੱਕਦੇ ਨਹੀਂ, ਬੰਦਾ ਮੁੱਕ ਜਾਂਦਾ, ਸਮਝ ਗਏ। ਔਰ ਇੱਥੇ ਇਤਨੇ ਲੋਕ ਹੈ ਨੇ ਜਿਹੜੇ ਮੈਂ ਦੇਖਿਆ ਕਿ ਸਾਲਾਂ ਸਾਲ ਮਤਲਬ ਸੱਤੋ ਦਿਨ ਕੰਮ ਕਰ ਰਹੇ ਹੁੰਦੇ ਨੇ। ਅਗਰ ਆਪਣਾ ਬਿਜ਼ਨਸ ਵੀ ਹੈ, ਜ਼ਾਹਿਰ ਹੈ ਉਹਨੂੰ ਤੁਸੀਂ ਜ਼ਿਆਦਾ ਟੇਕ ਕੇਅਰ ਕਰਦੇ ਹੋ, ਤੁਹਾਨੂੰ ਉੱਥੇ ਟਾਈਮ ਦੇਣਾ ਪਏਗਾ, ਲੇਕਿਨ ਸਕੈਜੂਲ ਬਣਾਓ। ਅਗਰ ਤੁਸੀਂ ਸਕੈਜੂਲ ਬਣਾਓਗੇ, ਆਪਣੀ ਬਾਡੀ ਨੂੰ ਰੈਸਟ ਕਰੋਗੇ, ਹੁਣ ਤੁਸੀਂ ਆਪਣੀ ਗੱਡੀ ਕਾਰ ਨੂੰ ਵੀ ਜਾਂ ਕੋਈ ਮਸ਼ੀਨ ਹੈ ਜਾਂ ਕੋਈ ਕੰਪਿਊਟਰ ਹੈ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ, ਉਹਦੀ ਮੈਂ ਮਿਸਾਲ ਹਮੇਸ਼ਾ ਦਿੰਦਾ ਕਿ ਉਹਦਾ ਬਹੁਤ ਜ਼ਿਆਦਾ ਟੇਕ ਕੇਅਰ ਕਰਦੇ ਨੇ। ਗੱਡੀ ਦਾ ਅਗਰ ਆਇਲ ਚੇਂਜ ਕਰਨਾ, ਫਿਲਟਰ ਚੇਂਜ ਕਰਨਾ, ਜਾਂ ਅਗਰ ਹੋਰ ਕੋਈ ਇਲੈਕਟ੍ਰੋਨਿਕਸ ਹੈ ਕਿ ਉਹ ਸਹੀ ਕੰਮ ਕਰਦੀ ਰਹੇ, ਉਹਦੀ ਮੈਂਟੇਨੈਂਸ ਹੈ। ਅਤੇ ਇਸੇ ਤਰ੍ਹਾਂ ਹਿਊਮਨ ਬਾਡੀ ਵੀ ਇੱਕ ਮਸ਼ੀਨ ਹੈ ਔਰ ਉਹਦੀ ਵੀ ਮੈਂਟੇਨੈਂਸ ਜ਼ਰੂਰੀ ਹੈ, ਅਤੇ ਰੈਸਟ ਜਿਹੜਾ ਬਹੁਤ ਜ਼ਰੂਰੀ ਹੈ। ਅੱਛਾ, ਉਹਦੇ ਬਾਅਦ ਨੀਂਦ ਜਿਹੜੀ ਹੈ, ਸਲੀਪਿੰਗ ਜਿਹੜਾ ਪ੍ਰੋਬਲਮ ਹੈ ਇੱਥੇ ਬਹੁਤ ਜ਼ਿਆਦਾ, ਉਹਦੀ ਵੀ ਇਹੀ ਵਜ੍ਹਾ ਕਿ ਆਦਮੀ ਇਤਨੀ ਸੋਚਦਾ ਰਹਿੰਦਾ ਕਿ ਅਗਰ ਸੁਬਹਾ ਕੀ ਕਰਨਾ ਹੈ ਜਾਂ ਹੁਣ ਅੱਜ ਸਾਰਾ ਦਿਨ ਕਿਸ ਤਰ੍ਹਾਂ ਗੁਜ਼ਰੇਗਾ, ਮਤਲਬ ਇਸ ਤਰ੍ਹਾਂ ਦੀ ਥਾਟਸ ਆਉਂਦੀਆਂ ਰਹਿੰਦੀਆਂ ਨੇ, ਉਹ ਰਾਤ ਨੂੰ ਜਦੋਂ ਬਿਸਤਰ 'ਤੇ ਜਾਂਦਾ ਉਹ ਫਿਰ ਫਿਲਮ ਚੱਲਦੀ ਰਹਿੰਦੀ ਹੈ। ਅਤੇ ਉਹਦੀ ਵਜ੍ਹਾ ਨਾਲ ਕੀ ਹੈ ਕਿ ਤੁਸੀਂ ਫਿਰ ਨੀਂਦ ਨਹੀਂ ਪੂਰੀ ਕਰਦੇ, ਔਰ ਨੀਂਦ ਨਹੀਂ ਪੂਰੀ ਕਰੋਗੇ, ਔਰ ਅਕਸਰ ਹੁੰਦਾ ਕਿ ਹੋਰ ਐਸੇ ਨਾਈਟ ਦੇ ਟਾਈਮ 'ਤੇ ਕੁਝ ਚੀਜ਼ਾਂ ਹੁੰਦੀਆਂ ਨੇ ਜਿਸ ਤਰ੍ਹਾਂ ਉਹਦੇ 'ਚ ਬੰਦਾ ਮਸਰੂਫ ਰਹਿੰਦਾ, ਜਿਹਦੇ ਵਿੱਚ ਅਗਰ ਇੰਟਰਨੈੱਟ ਹੈ ਜਾਂ ਫੋਨ 'ਤੇ ਬੰਦਾ ਲੱਗਾ ਹੋਇਆ, ਮੂਵੀਆਂ ਦੇਖ ਰਿਹਾ ਜਾਂ ਵਟ ਐਵਰ ਜੋ ਵੀ, ਅਤੇ ਉਹ ਇੱਕ ਤੁਹਾਡੀ ਬਾਡੀ 'ਤੇ ਸਟ੍ਰੈਸ ਪੈਂਦਾ। ਅਗਰ ਤੁਸੀਂ ਸੋਨੇ ਦੀ, ਤੁਸੀਂ ਸੋਨੇ ਵਾਲੀ ਗੱਲ ਕਰੋ ਨਾ, ਮਤਲਬ ਔਰ ਇਹਦੇ ਵਾਸਤੇ ਮੈਂ ਹਮੇਸ਼ਾ ਆਪਣੇ ਪੇਸ਼ੈਂਟ ਨੂੰ ਐਡਵਾਈਸ ਕਰਨਾ ਕਿ ਜਿਹੜਾ ਆਪਣਾ ਸੈੱਲ ਫੋਨ ਹੈ ਉਹ ਤੁਸੀਂ ਆਪਣੇ ਬੈਡਰੂਮ 'ਚ ਨਹੀਂ ਲੈ ਕੇ ਜਾਣਾ, ਔਰਤਾਂ ਵਾਸਤੇ ਵੀ, ਮਰਦਾਂ ਵਾਸਤੇ ਵੀ, ਬੱਚਿਆਂ ਵਾਸਤੇ ਵੀ। ਇਹ ਬਹੁਤ ਹੀ ਇੱਕ ਅੱਛਾ ਮਤਲਬ ਤਰੀਕੇਕਾਰ ਹੈ ਕਿ
ਕਿ ਉਹਦੇ ਨਾਲ ਅਗਰ ਤੁਸੀਂ ਬੈਡਰੂਮ 'ਚ ਸੈੱਲਫੋਨ ਲੈ ਕੇ ਜਾਂਦੇ ਹੋ, ਔਰ ਕਈ ਦਫ਼ਾ ਸਿਰਾਣੇ ਥੱਲੇ ਰੱਖਿਆ ਹੁੰਦਾ, ਕਈਆਂ ਨੇ ਸਾਈਡ 'ਤੇ ਰੱਖਿਆ ਹੁੰਦਾ, ਅਤੇ ਉਹ ਇੱਕ ਤੁਸੀਂ ਕਨੈਕਸ਼ਨ ਤੁਹਾਡੇ ਉਹਦੇ ਸੈੱਲਫੋਨ ਔਰ ਤੁਹਾਡੀ ਮਾਇੰਡ ਦੇ ਨਾਲ ਹੁੰਦਾ, ਡਿਸਟ੍ਰੈਕਸ਼ਨ ਰਹਿੰਦੀ ਹੈ ਬਿਲਕੁਲ, ਅਤੇ ਉਹ ਇੱਕ ਬਹੁਤ ਵੱਡੀ ਵਜ੍ਹਾ ਹੈ। ਔਰ ਕਈ ਦਫ਼ਾ ਹੁੰਦਾ ਬੱਚੇ ਨੇ ਉਹ ਮਤਲਬ ਬਿਸਤਰੇ 'ਚ ਸੁੱਤੇ ਨੇ, ਕੰਬਲ ਦੇ ਵਿੱਚ ਵੜ ਕੇ ਉਹ ਮਤਲਬ ਗੇਮਾਂ ਕਰ ਰਹੇ ਹੈ, ਵਟ ਐਵਰ, ਜਾਂ ਜੋ ਵੀ ਮਤਲਬ ਦੇਖ ਰਹੇ ਹੈ, ਅਤੇ ਉਹ ਇਜ਼ ਨਾਟ ਅ ਹੈਲਦੀ ਲਾਈਫ ਸਟਾਈਲ। ਥੋੜ੍ਹੇ ਬਹੁਤ ਇੰਟਰਟੇਨਮੈਂਟ ਵਾਸਤੇ ਬੰਦੇ ਨੂੰ ਟਾਈਮ ਕੱਢ ਕੇ ਉਹ ਇੰਟਰਟੇਨਮੈਂਟ ਕਰਨਾ ਚਾਹੀਦਾ, ਅਨਨੈਸੈਸਰੀ ਜਿਹੜੀਆਂ ਚੀਜ਼ਾਂ ਕਰਦੇ ਨੇ ਉਹਦੇ ਨਾਲ ਹੈ ਤੁਹਾਡੀ ਸਿਹਤ ਬਹੁਤ ਖਰਾਬ ਹੁੰਦੀ ਹੈ। ਅਤੇ ਮੈਂ ਚਾਹਾਂਗਾ ਕਿ ਤੁਸੀਂ ਆਪਣੇ ਸੈੱਲਫੋਨ ਨੂੰ ਬਾਹਰ ਰੱਖੋ, ਚਾਰਜਰ 'ਤੇ ਲਾਓ, ਬੈਡਰੂਮ 'ਚ ਉਹਨੂੰ ਨਾ ਲੈ ਕੇ ਜਾਓ, ਔਰ ਆਪਣੀ ਵਾਈਫ, ਹਸਬੈਂਡ, ਆਪਣੇ ਉਹਨਾਂ ਨੂੰ ਇੱਕ ਦੂਜੇ ਨੂੰ ਟਾਈਮ ਦਿਓ। ਅਗਰ ਡੇ ਆਫ ਹੈ ਤਾਂ ਆਪਣਾ ਅੱਛੀ ਤਰ੍ਹਾਂ ਆਪੇ 'ਚ ਮਤਲਬ ਮਿਲ ਜੁਲ ਕੇ ਮਤਲਬ ਕੋਈ ਐਂਟਰਟੇਨਮੈਂਟ ਕਰੋ, ਨਾ ਕਿ ਤੁਸੀਂ ਘਰ ਦੇ ਕੰਮ ਇੰਨੇ ਹੁੰਦੇ ਹੈ ਕਿ ਉਹ ਕੰਮ ਹੀ ਨਹੀਂ ਮੁੱਕਦੇ, ਔਰ ਤੁਸੀਂ ਤੁਹਾਡੀ ਲਾਈਫ ਜਿਹੜੀ ਹੈ ਪਰਸਨਲ ਲਾਈਫ ਇਫੈਕਟ ਹੁੰਦੀ ਹੈ। ਅਤੇ ਨਾਲ ਨਾਲ ਫਰੂ ਮਤਲਬ ਜਿਹੜਾ ਖਾਣੇ ਪੀਣੇ 'ਤੇ ਤਵੱਜੋ ਦੇਣੀ ਚਾਹੀਦੀ ਹੈ। ਅੱਛਾ, ਖਾਣ ਪੀਣ ਦੇ ਵਿੱਚ ਕੀ ਚੇਂਜਸ ਕਰਨ, ਉਹ ਤਾਂ ਅਸੀਂ ਡਿਸਕਸ ਕਰਦੇ ਹਾਂ। ਦਰਸ਼ਕੋ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਤੁਹਾਨੂੰ ਬੜੀ ਅੱਛੀ ਐਡਵਾਈਸ ਦਿੱਤੀ ਕਿ ਤੁਸੀਂ ਆਪਣੇ ਲਾਈਫ ਸਟਾਈਲ ਦੇ ਵਿੱਚ ਚੇਂਜਸ ਲਿਆ ਕੇ, ਇੱਕ ਮਾਮੂਲੀ ਜਿਹੀ ਜਿਹੜੀ ਤਬਦੀਲੀ ਹੁੰਦੀ ਲਿਆ ਕੇ, ਆਪਣੀ ਜੋ ਮਸਰੂਫੀਅਤ ਹੁੰਦੀ ਆ ਉਹਨੂੰ ਥੋੜ੍ਹਾ ਜਿਹਾ ਘੱਟ ਕਰਕੇ ਆਪਣੀ ਸਿਹਤ ਨੂੰ, ਆਪਣੀ ਲਾਈਫ ਸਟਾਈਲ ਨੂੰ ਔਰ ਆਪਣੀ ਮੈਰਿਡ ਲਾਈਫ ਨੂੰ ਬਚਾ ਸਕਦੇ ਹੋ। ਡਾਕਟਰ ਸਾਹਿਬ ਨਾਲ ਤੁਸੀਂ ਗੱਲ ਕਰਨਾ ਚਾਹੋ ਤਾਂ ਸਾਨੂੰ ਇਸ ਸਮੇਂ 7187865222 'ਤੇ ਫੋਨ ਕਰਕੇ ਡਾਕਟਰ ਸਾਹਿਬ ਨਾਲ ਸਿੱਧੇ ਸਵਾਲ ਕਰਕੇ ਆਪਣੀ ਜੋ ਵੀ ਤੁਹਾਡਾ ਕੁਐਸਚਨ ਹੈ, ਸਿਹਤ ਸੰਬੰਧੀ ਜੋ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ, ਡਾਕਟਰ ਸਾਹਿਬ ਨਾਲ ਸਿੱਧਾ ਤੁਸੀਂ ਗੱਲ ਕਰ ਸਕਦੇ ਹੋ। ਡਾਕਟਰ ਸਾਹਿਬ ਜੀ ਦਾ ਨੰਬਰ ਹੈ 7183963600, ਜੈਕਸਨ ਹਾਈਟਸ, ਨਿਊਯਾਰਕ ਦੇ ਵਿੱਚ ਡਾਕਟਰ ਚੌਧਰੀ ਦਾ ਕਲੀਨਿਕ ਹੈ, ਤੁਸੀਂ ਉੱਥੇ ਵੀ ਜਾ ਕੇ ਗੱਲ ਕਰ ਸਕਦੇ ਹੋ। ਅਗਰ ਤੁਸੀਂ ਆਪਣਾ ਕੋਈ ਐਸਾ ਪਰਸਨਲ ਜਾਂ ਇੰਟੀਮੇਟ ਸਵਾਲ ਜੋ ਸਾਨੂੰ ਫੋਨ 'ਤੇ ਪੁੱਛਣ 'ਤੇ ਹਿਚਕਚਾ ਰਹੇ ਹੋ, ਤਾਂ ਡਾਕਟਰ ਸਾਹਿਬ ਦੇ ਫੋਨ 'ਤੇ ਗੱਲ ਕਰਕੇ ਮੈਸੇਜ ਛੱਡ ਦਿਓ, ਟੈਕਸਟ ਮੈਸੇਜ, ਔਰ ਯੂ ਕੈਨ ਆਲਵੇਜ਼ ਸੇ ਕਿ ਡਾਕਟਰ ਸਾਹਿਬ ਨੂੰ ਆਪਣਾ ਟਾਈਮ ਦੱਸ ਦਿਓ ਕਨਵੀਨੀਅੰਸ, ਅਤੇ ਜਦੋਂ ਤੁਸੀਂ ਉਹਨਾਂ ਨਾਲ ਗੱਲ, ਡਾਕਟਰ ਸਾਹਿਬ ਤੁਹਾਨੂੰ ਵਾਪਸ ਕਾਲ ਬੈਕ ਕਰਕੇ ਗੱਲ ਕਰ ਲੈਣਗੇ, ਉਹਨਾਂ ਦਾ ਸਟਾਫ ਤੁਹਾਡੇ ਨਾਲ ਗੱਲ ਕਰ ਲੇਗਾ, ਐਂਡ ਅਪੁਆਇੰਟਮੈਂਟ ਇੱਕ ਫਿਕਸ ਹੋ ਜਾਏਗੀ, ਐਂਡ ਯੂ ਕੈਨ ਗੋ ਐਂਡ ਮੀਟ ਡਾਕਟਰ ਚੌਧਰੀ। ਡਾਕਟਰ ਚੌਧਰੀ, ਜਿਸ ਆਪਾਂ ਗੱਲ ਕਰ ਰਹੇ ਹਾਂ ਕਿ ਮਸਰੂਫੀਅਤ ਘੱਟ ਕੀਤੀ ਜਾਏ, ਲਾਈਫ ਸਟਾਈਲ ਚੇਂਜ ਕੀਤਾ, ਇੱਕ ਬੜੀ ਚੰਗੀ ਤੁਸੀਂ ਐਡਵਾਈਸ ਦਿੱਤੀ ਹੈ ਲੋਕਾਂ ਨੂੰ ਕਿ ਮੋਬਾਈਲ ਫੋਨ ਘੱਟ ਤੋਂ ਘੱਟ ਤੁਸੀਂ ਬੈਡਰੂਮ 'ਚ ਨਾ ਲੈ ਕੇ ਜਾਓ। ਨੋਰਮਲੀ ਕੀ ਲਾਈਫ ਹੁੰਦੀ ਹੈ ਕਿ ਲੋਕ ਆਫਿਸਿਸ ਦੇ ਵਿੱਚ, ਬਿਜ਼ਨਸ ਦੇ ਵਿੱਚ ਸਾਰਾ ਦਿਨ ਬਿਜ਼ੀ ਰਹਿੰਦੇ ਨੇ, ਔਰ ਸ਼ਾਮੀ ਨੋਰਮਲ ਹੈਬਿਟ ਹੋ ਗਈ ਕਿ ਡਿਨਰ ਕਰਨ ਤੋਂ ਬਾਅਦ ਸੌਣ ਤੋਂ ਪਹਿਲਾਂ ਇੱਕ ਇੱਕ ਦੋ ਦੋ ਘੰਟੇ ਲੋਕ ਫੇਸਬੁੱਕ ਚੈੱਕ ਕਰਦੇ ਨੇ, ਇੰਸਟਾਗ੍ਰਾਮ ਚੈੱਕ ਕਰਦੇ ਨੇ, ਵਟਸਐਪ ਚੈੱਕ ਕਰਦੇ ਨੇ, ਇੱਕ ਇੱਕ ਡੇਢ ਡੇਢ ਘੰਟਾ ਮੋਬਾਈਲ ਫੋਨ 'ਤੇ, ਹਸਬੈਂਡ ਐਂਡ ਵਾਈਫ ਇਨ ਦਾ ਬੈਡਰੂਮ, ਬਟ ਉਹ ਦੋਨੋਂ ਅਲੱਗ ਅਲੱਗ ਟੈਲੀਫੋਨਾਂ 'ਤੇ ਲੱਗੇ ਜੀ, ਬਿਲਕੁਲ, ਹਾਂਜੀ, ਤਾਂ ਉਹ ਫਿਰ ਸੌਣ ਦਾ ਟਾਈਮ, ਵਨ ਸਮਬਡੀ ਵਿਲ ਸਲੀਪ ਫਸਟ, ਸਮਬਡੀ, ਹਾਂਜੀ, ਬਹੁਤ ਵੱਡੀ ਭੈੜੀ ਆਦਤ ਹੈ, ਇਟ ਹਰਟਸ ਦੀ ਰਿਲੇਸ਼ਨਸ਼ਿਪ, ਉਹ ਤੁਸੀਂ ਬੜੀ ਅੱਛੀ ਐਡਵਾਈਸ ਕੀਤੀ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਤੋਂ, ਟੈਲੀਫੋਨ ਤੋਂ ਦੂਰ ਰਹਿਣ ਤੋਂ ਇਲਾਵਾ ਹੋਰ ਕੀ ਕੀ ਤੁਸੀਂ ਸਲਾਹ ਦਿੰਦੇ? ਦੇਖੇ, ਖਾਣੇ ਪੀਣੇ 'ਚ ਅਸੀਂ ਜਿਹੜਾ ਨਾ ਸਾਡੇ, ਅਸੀਂ ਜਿਹੜੀ ਐਜ਼ ਏ ਆਪਣੇ ਮੁਲਕਾਂ 'ਚੋਂ ਆਏ ਹਾਂ, ਔਰ ਜਿਹੜੀਆਂ ਖੁਰਾਕ ਅਸੀਂ ਉੱਥੇ ਖਾਂਦੇ ਸੀ, ਔਰ ਇੱਥੇ ਉਹ ਤੁਸੀਂ ਇਸਤੇਮਾਲ ਨਹੀਂ ਕਰਦੇ, ਔਰ ਸਪੈਸ਼ਲੀ ਜਿਹੜਾ ਦੁੱਧ ਦਾ ਇਸਤੇਮਾਲ ਹੈ ਉਹ ਬਹੁਤ ਘੱਟ ਗਿਆ ਹੈ, ਲਾਈਕ ਮਿਲਕ ਇਜ਼ ਵੈਰੀ ਇੰਪੋਰਟੈਂਟ, ਔਰ ਦੁੱਧ ਹਰ ਇੱਕ ਨੂੰ ਪੀਣਾ ਚਾਹੀਦਾ, ਔਰ ਸਪੈਸ਼ਲੀ ਰਾਤ ਨੂੰ, ਔਰ ਸੁਬਾਹ ਦੇ ਟਾਈਮ 'ਤੇ ਪਾਣੀ ਦਾ ਗਲਾਸ ਪੀਓ, ਇੱਕ ਐਪਲ ਖਾਓ, ਉਹਦੇ ਬਾਅਦ ਨਾਸ਼ਤਾ ਪ੍ਰੋਪਰ ਕਰਕੇ ਜਾਓ। ਇਹ ਬਹੁਤ ਵੱਡੀ ਪ੍ਰੋਬਲਮ ਹੈ ਇੱਥੇ ਬੱਚਿਆਂ 'ਚ ਵੀ ਔਰ ਦੂਜੇ ਵੱਡੇ ਬੰਦਿਆਂ 'ਚ ਵੀ, ਕਿ ਸੁਬਾਹ ਦਾ ਨਾਸ਼ਤਾ ਇਤਨਾ ਇੰਪੋਰਟੈਂਟ ਨਹੀਂ ਸਮਝਦੇ, ਔਰ ਇਸ ਤਰ੍ਹਾਂ ਚਲੇ ਜਾਂਦੇ ਆ ਕੰਮ 'ਤੇ ਜਾਂ ਸਕੂਲ, ਜਾਂ ਕਿ ਜਲਦੀ ਟਾਈਮ ਨਹੀਂ ਹੈ, ਮਤਲਬ ਖਾਣੇ ਪੀਣੇ ਦੇ ਵਾਸਤੇ ਟਾਈਮ ਨਹੀਂ, ਕਾਲਜ ਜਾਣ ਵਾਲੇ ਬੱਚੇ ਹੁੰਦੇ, ਨਾਰਮਲੀ ਸਕੂਲ ਬੱਸ ਆ ਗਈ, ਕਾਲਜ ਦੀ ਬੱਸ ਆ ਗਈ, ਉਦੋਂ ਹੀ ਭੱਜਦੇ ਨੇ, ਮਾਂ ਵੀ ਕਹੇਗੀ ਫਟਾਫਟ ਸੈਂਡਵਿਚ ਲੈ ਬੇਟਾ ਖਾ, ਹਾਂ ਨਹੀਂ, ਐਂਡ ਨਾਰਮਲੀ ਦੇ ਕੈਰੀ ਲੰਚ ਬਾਕਸ, ਉਹ ਨਾਰਮਲੀ ਖਾ ਕੇ ਉਦਾਂ ਦਾ ਉਦਾਂ ਹੀ ਲੰਚ ਬਾਕਸ ਵਾਪਸ ਮੋੜ ਲੈਂਦੇ, ਤੇ ਉਸ ਤਰ੍ਹਾਂ ਕਿ ਅਗਰ ਤੁਸੀਂ ਟਾਈਮ 'ਤੇ ਸੋਵੋ, ਮਤਲਬ ਜਦੋਂ ਵੀ ਤੁਹਾਡੇ ਟਾਈਮ ਜਿਹੜਾ ਕੰਮ ਦਾ ਟਾਈਮ ਹੈ ਉਸ ਹਿਸਾਬ ਨਾਲ, ਅਗਰ ਤੁਸੀਂ ਜੋ ਵੀ ਜਦੋਂ ਵੀ ਸੋਣਾ, ਲੇਕਿਨ 8 ਘੰਟੇ ਪੂਰੇ ਸੋਵੋ, ਔਰ ਸੁਬਾਹ ਅੱਧਾ ਘੰਟਾ ਜ਼ਰਾ ਐਕਸਟਰਾ ਟਾਈਮ ਕੱਢੋ ਆਪਣੇ ਖਾਣੇ ਪੀਣੇ ਦੇ, ਮਤਲਬ ਕੁਝ ਜੋ ਵੀ ਤੁਸੀਂ ਖਾਂਦੇ ਹੋ ਉਹ ਇਸਤੇਮਾਲ, ਖਾਣਾ ਖਾ ਕੇ ਉਹਦੇ ਬਾਅਦ ਕੰਮ 'ਤੇ ਜਾਓ। ਅੱਛਾ, ਦੁੱਧ ਦਾ ਇਸਤੇਮਾਲ ਬਹੁਤ ਜ਼ਰੂਰੀ ਹੈ, ਬਟਰ, ਦੇਸੀ ਘੀ ਵਗੈਰਾ ਇਹ ਵੀ ਖਾਣੇ ਚਾਹੀਦੇ ਹੈ, ਔਰ ਪ੍ਰੋਪਰ ਜੋ ਵੀ ਤੁਸੀਂ ਅਗਰ ਵੈਜੀਟੇਰੀਅਨ ਹੋ ਤਾਂ ਦਾਲਾਂ ਦਾ ਇਸਤੇਮਾਲ ਜਾਂ ਗ੍ਰੀਨ ਵੈਜੀਟੇਬਲ ਦਾ ਇਸਤੇਮਾਲ ਬਹੁਤ ਜ਼ਰੂਰੀ ਹੈ, ਔਰ ਜਿਹੜੇ ਲੋਕ ਮੀਟ ਵਗੈਰਾ ਖਾਂਦੇ ਨੇ ਅਤੇ, ਔਰ ਰਾਤ ਨੂੰ ਸੋਣੇ ਤੋਂ ਪਹਿਲਾਂ ਇੱਕ ਗਲਾਸ ਗਰਮ ਦੁੱਧ ਕਰਕੇ ਜ਼ਰੂਰ ਪੀਣਾ ਚਾਹੀਦਾ। ਅੱਛਾ ਡਾਕਟਰ ਸਾਹਿਬ, ਇੱਕ ਚੀਜ਼ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਜੋ ਸਾਡੇ ਫੀਮੇਲ ਆਡੀਅੰਸ ਜੀ, ਉਹਨਾਂ ਨੂੰ ਅਗਰ ਤੁਸੀਂ ਕਹਿੰਦੇ ਹੋ ਕਿ ਬਟਰ ਖਾਓ ਜੀ, ਦੁੱਧ ਪੀਓ, ਹਾਂਜੀ, ਦੇ ਆਰ ਆਲਵੇਸ ਕੈਲਰੀ ਕੌਨਸ਼ੀਅਸ ਜੀ, ਮੈਂ ਬਹੁਤ ਸਾਰੀ ਲੇਡੀਜ਼ ਨੂੰ ਇਸ ਤਰ੍ਹਾਂ ਦੇਖਿਆ ਖਾਂਦੇ, ਉਹ ਬਟਰ ਨਹੀਂ ਖਾਣਗੇ,
देखो वेट जो अगर गल करो बटर देसी घ्यो की मतलब आदमी हर चीज खानी चाहिए है लेकिन विद इन लिमिट विच अगर कोई एक ग्रुप फूड का जो छड़ दोगे तो अगर दुध नहीं पियोगे तो कैल्शियम की कमी हो जाएगी तो हड्डियाँ बोन्स दर्द करन दियाँ ईवन फैटी एसिड चाहिए होंगे ने इत्थे लोग ज़्यादा फिश ऑयल के पिछे ज़्यादा लगे होंगे है और देसी घी जो या बटर वगैरह का इस्तेमाल नहीं करन दे फीमेल ऑडियंस हाँ जी होंगे ने दे नॉर्मली अवॉइड इवन बॉइल्ड एग हाँ जी ग्लास ऑफ मिल्क जी नॉर्मली अवॉइड इट किन्ना वेट बच जाएगा देखो ज़्यादातर शुगर दियाँ चीज़ा ने सोडे जूस कैंडियाँ और इस तरह दीज़ा जो तो बचना चाहिए और अगर तुम सुबह नाश्ता अच्छा करते हो और रात का खाना जरा हल्का खाया करो मतलब हैवी ब्रेकफास्ट लंच एंड दैन डिनर जो वेरी लाइट और हर चीज़ खानी चाहिए है दुध भी पीना चाहिए बटर भी देसी घ्यो भी सब्जियां वेजिटेबल और फ्रूट्स वगैरह का इस्तेमाल और नाल तुसी अगर रेस्ट करोगे और कई दफ़ा होंगे कि स्पेशली जड़ियाँ औरतें ने करदियाँ ने कि बच्चों के काम च या कार के काम इतनी बिजी होंगे ने कि खाने पीने का टाइम ही नहीं होंगे उन्होंने और उन्होंने अक्सर शिकायत होंगी है सिर दर्द हो जाता है चक्कर आ रहे हैं जी तो वो इस तरह होंगे कि अगर टाइम से रोटी पानी नहीं खाओगे तो शुगर घट जाएगी और बहुत वीकनेस होएगी वो सिर दर्द हो जाएगा और अक्सर ऑफिस वर्कर और काम से भी लोग अगर बिजी ने लंच नहीं किया टाइम से तो वो सिर दर्द हो जाएगा और पेन किलर हल नहीं है वह टाइम से रोटी पानी का खाना है और हर चीज़ खानी चाहिए है और रेस्ट करना चाहिए और वो अलावा फिर अगर तुम्हें कोई बीमारी है कोई प्रॉब्लम है अगर अंग्रेजी दवाइया खा रहे हो यह भी एक बहुत वड्डी वजह है जी सैक्शुअल वीकनेस की कि अगर तुम ब्लड प्रेशर है तुम्हें शुगर है या कुछ होर प्रॉब्लम ने तो डॉक्टर दवाइया देंगे ने खाते हो तो वजह नाल भी जोड़ी सैक्शुअल वीकनेस जी मतलब घट मतलब हो जाती है क्योंकि उन्होंने साइड इफेक्ट इन्ने होंगे है स्पैशली ब्लड प्रेशर की दवाई दे अगर ब्लड प्रेशर की दवाई खाते हो अक्सर लोग कोलेस्ट्रॉल की दवाई खाते हो बहुत ज़्यादा वीकनेस होंगी है तो उन्होंने अगर सबस्टीट्यूट है जिस तरह होम्योपैथिक हैलो हर्बल विच होंगे कि तुम डायबिटीक अगर हो या तुम्हें हाई ब्लड प्रेशर है या थायराइड प्रॉब्लम है या एलर्जीज ने या इस तरह दीज़ा ने तो वो होम्योपैथिक हर्बल दवाई शुरू करो और आस्ते आस्ते अंग्रेजी दवाइया तो बचो और ओदे नाल तुहाडी जिहड़ी है हेल्थ जिहड़ी इंप्रूवमेंट आपां हुण एक डिस्कस कर रहे हैं लोकी किद्दां इनी प्रिकॉशन लैन तुसीं जिहड़ा सलाह दित्ती कि लाइफस्टाइल चेंज कर लैन खाना पीना चेंज कर लैन नींद पूरी लैन और साइड इफेक्ट जिहड़े एलोपैथिक दवाइयां दे हुंदे उहनां नूं थोड़ा जिहा प्रिकॉशन लैके खाण जी इह ते हो गए जिन्हां नूं थोड़ी जिही प्रिकॉशन लैनी है अगर साडे कुछ व्यूअर्स ने जिहड़े साडे ऑडियंस व्यूअर्स ने ओह उहनां नूं अगर इह बीमारी च आई गए ने कोई सीरियस डिसीज हो गई है और वो तुहानू मेल लिख के या तुहानू पुछदे ने आके उन्हां नूं हुण तुसीं दसो कि होम्योपैथी और हर्बल दे विच इस सेगमेंट दे विच उन्हां दे वास्ते अच्छा दवाइया के नाल नाल मैं तुहानू जिस तरह असीं गल कीती है कि लाइफ स्टाइल चेंज अपने रेस्ट करने का टाइम और खाने पीने का टाइम उहदे च चेंजेस करनी चाहीदी ने तुहानू और अपनी बॉडी नू रेस्ट करना चाहिए सत्तों दिन काम करने बजाय एक दो दिन रेस्ट करके और तुसीं उह ज़्यादा प्रोडक्टिविटी होएगी तुहाडी पांच दिन च रादर दैन तुसीं सत्तों दिन काम करो अच्छा नाल नाल लै के तुसीं सप्लीमेंट का इस्तेमाल जिस तरह होम्योपैथिक हर्बल विच ज़्यादातर दवाइया जिहड़ियां ने प्रिवेंशन वास्ते जे तुहानू प्रॉब्लम तो बचांदियां ने हुण अगर तुसीं इतना काम करते हो रेस्ट नहीं करते दुध नहीं पीते तो उहदे वास्ते तुहानू होम्योपैथिक हर्बल दे सप्लीमेंट ने जिहदे विच जॉइंट फार्मूला आंदा है जिहदे मेल फार्मूला आंदा है फीमेल फार्मूला आंदा है वूमेन फार्मूला है या होर दिमाग नू ताकत देण वास्ते मैमरी नू वधाण वास्ते या तुहाडे हारमोन लेवल नू अप करन वास्ते इस तरह दीआं दवाइयां जिहड़ियां साडीआं बणीआं ने और इत्थे दीआं बणीआं ने अमेरिका दीआं साडीआं सारीआं मैडिसिन ने तो वह इस्तेमाल करनियां चाहीदियां ने अपनी बॉडी का टेक केयर करना चाहिए और अगर तुहानू वाकई कोई ज़्यादा प्रॉब्लम हो गया है तो उहदे वास्ते भी स्पैशल होम्योपैथिक हर्बल दवाइया ने मैन हैल्थ वास्ते वूमेन्स वास्ते बहुत अच्छी मेडिसिन ने जिहड़ियां कि तुहाडे हारमोनस वास्ते तुहाडी होर मतलब कई किस्म दी प्रॉब्लम हो जाती है और डॉक्टर को तुसीं जांदे हो चैकअप होंदा है उहदे च कुछ नहीं निकलता अक्सर देखिया तुसीं कि बंदे टायर्ड फील कर रहे हैं वीक फील कर रहे हैं डॉक्टर को जांदे हैं चैकअप होंदा है डॉक्टर साहब कहिंदे सारा कुछ ठीक है तुहानू
कोई दवाई की जरूरत, लेकिन होम्योपैथिक हर्बल इस तरह दवाइयां होंदियां ने जिहड़ियां तुसीं इस्तेमाल करो तो उहदे नाल तुहाडी जिहड़ी सेहत सही रहेगी। अगर तुहानूं सैक्सुअल वीकनेस है या हारमोन का प्रॉब्लम है या औरतों के प्रॉब्लम जिहदे विच औरतों का मेन प्रॉब्लम है जिहड़े पीरियड उन्हां नूं सही टाइम ते नहीं आंदे और उहदे वास्ते होम्योपैथिक हर्बल बहुत अच्छियां दवाइयां होंदियां ने। जी मेनोपॉज इस तरह जिस तरह मैन अगर 40 साल या 50 साल तो बाद उन्हां दी वीकनेस हो जाती है तो इस तरह औरतों में भी जो हारमोन की कमी की वजह नाल जो पीरियड बंद होना शुरू हो जाते हैं वो उन्होंने बहुत ज़्यादा इरीटेशन आता है, गुस्सा आता है, नींद का प्रॉब्लम हो सकता है या बॉडी पसीने आते हैं रात को सोते हैं तो वो वास्ते होम्योपैथिक हर्बल बहुत अच्छा इलाज है रादर दैन के डॉक्टर तुम्हें हारमोन थेरापी से लाए और इन्ने साइड इफेक्ट है। इस तरह मैन हैल्थ वास्ते मैन सैक्सुअल वीकनेस वास्ते जी एलोपैथिक दवाइयां ने जिस तरह व्यागरा सियालिस वगैरह वो टैंपरेरी काम कर दिया ने या हारमोन इंजैक्शन ला लो टैबलेट ले लो तो वो एक इस तरह ही है मिसाल के जिस तरह तुहाडी बैटरी है वो डाउन हो गई है तुसीं जंपर केबल ला के उन्हें स्टार्ट कर लिया जिस तरह गड्डी उहदे बाद फिर बैटरी तुहाडी डाउन है। यह एक बहुत अच्छी मिसाल है अपनी बैटरी नूं चार्ज रखो उहदे वास्ते होम्योपैथिक और हर्बल दवाइयां जिहड़ियां ने वो ज़्यादा बेहतर ने। देखो जी जो ह्यूमन बॉडी है खुदा की नेमत है इनू संभाल के इहदी जो सांभ संभाल करनी इहदी केयर करनी जो इंसान का अपना खुद का फर्ज है और डॉक्टर साहब ने एक बहुत अच्छी सलाह दी कि तुम अपना लाइफ स्टाइल चेंज करो अपना खाना पीना थोड़ा सा वो हैबिट्स ठीक करो जंक फूड न अवॉयड करो तो यह तो सलाह हो गई। और अगर तुम वाकई किसी बीमारी के शिकार हो गए हो कोई बीमारी लग गई है तो हर्बल और होम्योपैथिक सैगमेंट के दवाइया ने दसियाँ डॉक्टर साहब ने कि किस नाल इलाज करा सकते हो दवाइया के नाल और शर्तियाँ वो ठीक कर देंगे। जिस तरह से तुम्हें यह गल की कि तुम डॉक्टर साहब नाल फोन पर गल कर सकते हो सवाल पूछ सकते हो 7187865222 जो हेठा साडा नंबर चल रहा है इस समय डॉक्टर साहब स्टूडियो मौजूद ने और तुहाडे सवालों के लाइव जवाब दे सकते हैं अगर तुम पूछना चाहो तो नहीं तो सानू तुसी मेल कर सकते हो और नहीं तो डॉक्टर साहब का नंबर है परसनल नंबर 7183963600 जैक्सन हाइट्स न्यूयॉर्क के डॉक्टर साहब का क्लीनिक है। तुम डॉक्टर साहब नाल फोन करके अपॉइंटमेंट फिक्स कर सकते हो अपनी प्रॉब्लम का जो हैगी है वह टैक्सट मैसेज उन्होंने कर सकते हो एंड ही विल गैट बैक और तुम जो कन्वीनियंट होगा ही विल स्पीक टू यू फिक्स अप अपॉइंटमेंट गो एंड मीट है। यह तो सलाह सी डॉक्टर साहब की। एक जिस तरह से फीमेल ऑडियंस की गल कर रहे फीमेल जो व्यूअर्स ने तुम बड़ी अच्छी सलाह दी कि कई जी लेडीज ने वह खाना पीना बड़े संकोच न खादियाँ कि ए नहीं खाना कि दे आर वेरी हैल्थ कॉन्शियस बट देर इज अ मेजर सैगमेंट ऑफ द लेडीज जी है दे आर नॉट हैल्थ कॉन्शियस सारा दिन अपने बच्चों अपने हसबेंड अपने घर च सास सहुरे की सेवा करने से लगा देते हैं अपना खान पीन का कोई ध्यान नहीं रखते। सो देर आर टू सैगमेंट्स ऑफ पीपल एक लेडीज वो ने जो बहुत ख्याल रखती है और एक ने जो बिल्कुल भी ख्याल नहीं रखते दोनों असर पै रहा है। जी बिल्कुल देखो खाने पीने का टाइम बहुत इंपॉर्टेंट है तुम्हारी ह्यूमन बॉडी है वो मिसाल मैं इस तरह दाँगा गड्डी जी बगैर पेट्रोल के या गैस के किस तरह जला सकते हो इस तरह ह्यूमन बॉडी है उन्होंने टाइम से खाना दो जो भी तुम खाना है टाइम से खाओ और अगर टाइम तो अगर नहीं खाओगे तो तुम्हारी बॉडी बहुत ज़्यादा चेंजेस होंदिया ने तो शुगर लेवल बहुत घट जाता है तुम्हारी एनर्जी लेवल और अक्सर कई लोग होंगे जिन्होंने सिर्फ खाने पीने की वजह ना ही इन्नी टायर्डनेस फील होंगी है कि अगर वो नहीं खाते टाइम पर तो उन्होंने काफ़ी वीकनेस हो जाती है। दूसरी गल है कि एक्सरसाइज या थोड़ी बहुत जी वॉकिंग करनी है अपनी बॉडी में मूवमेंट करना क्योंकि उसकी वजह ना तुम्हारा सर्कुलेशन जोड़ा वो बेहतर होंगे अगर बॉडी का मतलब हर चीज़ का बॉडी जी है डिपेंड करती है तुहाडे ब्लड फ्लो से अगर कोई भी बॉडी का अंग है जिहड़ा उन्हें ब्लड सप्लाई नहीं मिलेगी तो पूरी तरह काम नहीं करता और एक्सरसाइज करना या अपनी मतलब वॉकिंग करना वो ऐसे चीज़ को इंप्रूव करती है कि तुहाडी ब्लड सर्कुलेशन होती है उसकी वजह नाल तुहाडी हेल्थ जी अच्छी रहती है। तो अक्सर लोग जिन्होंने आर्थराइटिस जोड़ों का दर्द होता है वो एक भी वजह होती है कि तुम वो वॉकशा वगैरह नहीं करते या फिर जोड़ों में इनफ्लेमेशन हो जाती है या फिर हड्डियों कमजोरी हो जाती है वो थोड़ी जी भी तुम सुनिया होगा कि वह बाथरूम च पैर स्लिप होया तो हड्डी टुट गई मतलब वो यही वजह होती है कि तुम्हारी हड्डियाँ इतनी कमजोर ने तो वास्ते दुध का इस्तेमाल बहुत जरूरी है या फिर जॉइंट फार्मूला सप्लीमेंट है जरा कि इस्तेमाल करना चाहिए। हैलो हैलो हाँ जी ਸਸਿਕਾਲ ਜੀ ਤੁਸੀਂ ਕੌਣ ਹੋ ਕਿੱਥੋਂ ਬੋਲ ਰਹੇ ਜੀ? ਹਾਂ ਸਸਿਕਾਲ ਜੀ ਮੈਂ ਬਿਆੰਤ ਬੋਲ ਰਹਾ ਸੀਗਾ ਜੀ ਕੈਲੀਫੋਰਨੀਆ ਤੋਂ। ਜੀ ਜੀ ਸਸਿਕਾਲ ਜੀ। ਹਾਂ ਡਾਕਟਰ ਸਾਹਿਬ ਨਾਲ ਗੱਲ ਕਰਨੀ ਸੀ। ਜੀ ਜੀ ਬੋਲੋ ਜੀ ਸਸਿਕਾਲ ਕੀ ਕੁਐਸਚਨ ਹੈ ਤੁਹਾਡਾ? ਹਾਂ ਜੀ ਡਾਕਟਰ ਸਾਹਿਬ ਠੀਕ ਹੋ ਜੀ? ਬਹੁਤ ਵਧੀਆ ਹਾਂ ਜੀ ਤੁਸੀਂ ਦੱਸੋ। ਹਾਂ ਡਾਕਟਰ ਸਾਹਿਬ ਇਹ ਦੱਸੋ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਕਿ
ਤੇ ਕਿਹੜੀ ਕਿਹੜੀ ਡਾਈਟ ਜਿਹੜੀ ਉਹ ਲੈਣੀ ਚਾਹੀਦੀ ਹੈ ਸੈਕਸ਼ੂਅਲ ਐਨਹਾਂਸਮੈਂਟ ਵਾਸਤੇ? ਓਕੇ, ਚਲੋ ਤੁਹਾਡਾ ਤੇ ਤੁਹਾਨੂੰ ਬਲੱਡ ਪ੍ਰੈਸ਼ਰ ਵਗੈਰਾ ਤੇ ਨਹੀਂ ਹੈ ਨਾ ਕੋਈ? ਨਹੀਂ ਜੀ ਨਹੀਂ। ਚਲੋ ਠੀਕ ਹੈ, ਦੱਸਦੇ ਹਾਂ ਤੁਹਾਨੂੰ। ਹਾਂਜੀ ਓਕੇ ਜੀ। ਦੇਖੋ, ਜਿਹੜਾ ਦੁੱਧ ਦਾ ਇਸਤੇਮਾਲ ਅਸੀਂ ਦੱਸਿਆ ਸੀ ਕਿ ਕਰਨਾ, ਦੁੱਧ ਜਿਹੜੀ ਹੈ ਇੱਕ ਪੂਰਾ ਹੋਲ ਫੂਡ ਹੈ। ਉਸ ਤੋਂ ਇਲਾਵਾ ਜਿਹੜੇ ਛੁਹਾਰੇ ਹੁੰਦੇ ਆ, ਜਿਹੜੇ ਡੇਟਸ, ਡਰਾਈ ਡੇਟਸ ਹੁੰਦੀਆਂ ਨੇ, ਉਹ ਵੀ ਬਹੁਤ ਜ਼ਿਆਦਾ ਐਨਰਜੀ ਵਾਲੀ ਚੀਜ਼ ਹੈ ਔਰ ਉਹ ਇਸਤੇਮਾਲ ਕਰਦਿਆਂ ਰਹਿਣਾ ਚਾਹੀਦਾ। ਉਸ ਤੋਂ ਇਲਾਵਾ ਚਨੇ ਦੀ ਦਾਲ ਜਿਹੜੀ ਹੈ ਉਹ ਬਹੁਤ, ਚਨੇ ਦੀ ਦਾਲ ਦਾ ਹਲਵਾ ਜਿਹੜਾ ਉਹ ਬਣਾ ਕੇ ਅਗਰ ਇਸਤੇਮਾਲ ਕੀਤਾ ਜਾਏ ਤਾਂ ਉਹਦੇ ਨਾਲ ਬਹੁਤ ਜ਼ਿਆਦਾ ਇੰਪਰੂਵਮੈਂਟ ਹੁੰਦੀ ਹੈ। ਉਸ ਤੋਂ ਇਲਾਵਾ ਭਿੰਡੀਆਂ ਦਾ ਇਸਤੇਮਾਲ ਬਹੁਤ ਅੱਛੀ ਚੀਜ਼ ਹੈ। ਹਾਂਜੀ, ਤੁਸੀਂ ਕਾਲ ਲੈ ਰਹੇ? ਹੋਰ ਕਾਲ ਆ ਰਹੀ ਹੈ। ਹਾਂਜੀ, ਬੋਲੋ। ਸਵਾਲ ਮੇਰਾ ਹੈ ਜੀ, ਏਦਾਂ ਉਹਨਾਂ ਨੇ ਕਿਹਾ ਹੈਗਾ ਕਿ ਦੇਖੋ ਜੀ, ਮੇਰੇ ਪੇਸ਼ੈਂਟ ਦਾ ਬਿਲਕੁਲ ਠੀਕ ਠਾਕ ਹੁੰਦਾ, ਮੈਂ ਇੱਦਾਂ ਹਾਰਟ ਦਾ ਸਭ ਕੁਛ ਚੈੱਕ ਚੁੱਕ ਹੈ, ਕੋਈ ਏਦਾਂ ਦੀ ਬਿਮਾਰੀ ਨੀ ਨਿਕਲੀ। ਹਾਂਜੀ, ਠੀਕ, ਸਭ ਠੀਕ ਠਾਕ ਹੈ, ਠੀਕ ਹੈ, ਹਾਰਟ 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 ਸਪੈਸ਼ਲਿਸਟ ਕੋ ਗਿਆ ਸੀਗਾ, ਸਭ ਠੀਕ ਠਾਕ ਹੈ। ਹਾਂਜੀ, ਲੇਕਿਨ ਉਹ ਡਾਕਟਰ ਸਾਹਿਬ ਕਹਿੰਦੇ ਕਿ ਵੀ ਬੰਦਾ ਠੀਕ ਠਾਕ ਹੁੰਦਾ, ਕੋਈ ਬਿਮਾਰੀ ਨੀ ਹੁੰਦੀ। ਤੇ ਫਿਰ ਮੈਨੂੰ ਇਹ ਹੈ ਕਿ ਮੈਂ ਜਿੱਦਾਂ ਮੈਂ ਗਰਮੀਆਂ ਦੇ ਟਾਈਮ, ਸਮਰ ਟਾਈਮ ਵਿੱਚ ਬੈਠਾ, ਮੇਰੇ ਪੈਰਾਂ 'ਚ ਨਾ ਬੜੀ ਠੰਡ ਜੀ ਚੜ੍ਹਦੀ ਹੈ। ਓਕੇ, ਠੀਕ ਹੈ, ਘਬਰਾਹਟ ਨਾ ਮਿਲੇ ਉਹ ਚੀਜ਼, ਫਿਰ ਖਾਣ ਨੂੰ ਵੀ ਕਾਫੀ ਖਾਣ ਦੀ ਡਾਇਟ ਵੱਧਦੀ ਹੈ। ਓਕੇ, ਠੀਕ ਹੈ, ਖਾਈ ਜਾਓ, ਖਾਈ ਜਾਓ। ਓਕੇ, ਠੀਕ ਹੈ। ਓਕੇ, ਤੇ ਹੋਰ ਤੁਹਾਨੂੰ ਮਤਲਬ ਟੈਸਟ ਵਿੱਚ ਕੁਝ ਨਹੀਂ ਆਇਆ, ਐਵਰੀਥਿੰਗ ਇਜ਼ ਓਕੇ, ਵੇਟ ਤੇ ਨਹੀਂ ਜ਼ਿਆਦਾ ਤੁਹਾਡਾ? ਠੰਡ ਲੱਗਦੀ ਹੈ, ਗਰਮੀਆਂ 'ਚ ਠੰਡ ਲੱਗਦੀ ਹੈ, ਬਲੱਡ ਫਲੋ ਜਿਹੜਾ ਉਹ ਪੈਰਾਂ ਵਿੱਚ ਥੋੜਾ ਘੱਟ ਜਾਂਦਾ ਔਰ ਉਹਦੇ ਵਾਸਤੇ ਹੋਮਿਓਪੈਥਿਕ ਹਰਬਲ 'ਚ ਸਰਕੂਪ੍ਰੈਸ਼ਰ ਟੈਬਲੇਟ ਹੈ ਜਿਹੜੀ ਕਿ ਜੜੀ ਬੂਟੀਆਂ ਔਰ ਵਿਟਾਮਿਨ ਦੀ ਉਹ ਫਾਰਮੂਲਾ ਹੈ, ਅਤੇ ਉਹ ਤੁਹਾਨੂੰ ਇਸਤੇਮਾਲ ਕਰਨਾ ਚਾਹੀਦਾ, ਇੱਕ ਇੱਕ ਗੋਲੀ ਸੁਬਾਹ ਸ਼ਾਮ। ਉਹ ਤੁਸੀਂ ਆਰਡਰ ਕਰਕੇ ਸਾਡੇ ਆਫਿਸ 'ਚ ਕਾਲ ਕਰ ਲਓ ਅਤੇ ਉਹ ਤੁਸੀਂ ਮੰਗਾ ਲਓ, ਉਹ ਸ਼ੁਰੂ ਕਰੋ ਅਤੇ ਉਹਦੇ ਨਾਲ ਇਹ ਤੁਹਾਡਾ ਪ੍ਰੋਬਲਮ ਜਿਹੜਾ ਠੀਕ ਹੋ ਜਾਏਗਾ। ਡਾਕਟਰ ਸਾਹਿਬ ਦਾ ਨੰਬਰ ਹੈ ਜੀ 7183963600, ਇਸ ਨੰਬਰ 'ਤੇ ਤੁਸੀਂ ਫੋਨ ਕਰਕੇ ਡਾਕਟਰ ਸਾਹਿਬ ਨਾਲ ਗੱਲ ਕਰ ਸਕਦੇ ਹੋ, ਅਪੁਆਇੰਟਮੈਂਟ ਫਿਕਸ ਕਰ ਸਕਦੇ ਹੋ। ਸਾਡੇ ਹੋਰ ਵਿਊਅਰਸ ਦਾ ਫੋਨ ਆ ਰਿਹਾ ਜੀ। ਹੈਲੋ, ਹੈਲੋ, ਹਾਂਜੀ ਮੈਮ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਜੀ? ਅਸੀਂ ਇੱਥੋਂ ਅਮਰੀਕਾ ਤੋਂ ਗੱਲ ਕਰ ਰਹੇ ਹਾਂ ਜੀ। ਡਾਕਟਰ ਸਾਹਿਬ ਨੂੰ ਸਵਾਲ ਪੁੱਛੋ ਜੀ। ਸਵਾਲ ਇਹ ਪੁੱਛਣਾ ਸੀ ਕਿ ਮੇਰੇ ਹਸਬੈਂਡ ਉਹਨਾਂ ਕੀ ਨਾ ਦਰਦ ਹੈ, ਇਸ ਤਰ੍ਹਾਂ ਪੂਰਾ ਨਾ ਰੀ ਨਾ ਦਰਦ ਹੈ ਉਹਨਾਂ ਕੀ, ਤੇ ਇਸ ਵਾਸਤੇ ਐਪੀਡਿਊਰਲ ਵੀ ਲਗਵਾ ਲਿਆ ਨਰਵ ਚੋਂ, ਉਹ ਜਿਹੜਾ ਨਾ ਪੂਰਾ ਦਰਦ ਨੀਚੇ ਜਾਣਾ ਹੈ। ਓਕੇ, ਠੀਕ ਹੈ, ਲੇਕਿਨ ਦਰਦ ਨਾ ਉਹਨਾਂ ਨੂੰ ਆਰਾਮ ਨਹੀਂ ਆ ਰਿਹਾ। ਔਰ ਦੂਸਰਾ ਮੇਰਾ ਜਿਹੜਾ ਹੈ, ਮੇਰੀ ਪੂਰੀ ਬਾਡੀ ਵਿੱਚ ਦਰਦ ਹੈ, ਸਾਰੇ ਆਰਥਰਾਈਟਿਸ ਨੇ ਟੈਸਟ ਵੀ ਕਰਾ ਲਏ, ਹਰ ਚੀਜ਼ ਕਰਵਾ ਲਿਆ, ਲੇਕਿਨ ਕੋਈ ਆਰਾਮ ਨਹੀਂ ਆ ਰਿਹਾ ਨਾ। ਦਵਾਈਆਂ ਇਸ ਤਰ੍ਹਾਂ ਪੇਨ ਕਿਲਰ ਹੁਣ ਕੰਮ ਹੀ ਨਹੀਂ ਕਰਨੀਆਂ। ਨਹੀਂ ਨਹੀਂ, ਪੇਨ ਕਿਲਰ ਖਾਣੇ ਦੀ ਤੁਹਾਨੂੰ ਕੋਈ ਜ਼ਰੂਰਤ ਨਹੀਂ। ਔਰ ਜਿਹੜਾ ਮੇਰਾ ਨੰਬਰ ਜਿਹੜਾ ਸਕਰੀਨ 'ਤੇ ਆ ਰਿਹਾ ਨਾ, ਉਹ ਨੋਟ ਕਰ ਲਓ, ਕਿਉਂਕਿ ਪ੍ਰੋਗਰਾਮ ਦਾ ਟਾਈਮ ਜਿਹੜਾ ਖਤਮ ਹੋ ਗਿਆ। 7183963600 ਡਾਕਟਰ ਚੌਧਰੀ ਸਾਹਿਬ ਦਾ ਨੰਬਰ ਹੈ, ਇਹਨਾਂ ਨਾਲ ਤੁਸੀਂ ਗੱਲ ਕਰਕੇ ਤੇ ਤੁਸੀਂ ਮੇਰੇ ਨਾਲ ਕੰਟੈਕਟ ਕਰੋ ਤੇ ਤੁਹਾਨੂੰ ਸ਼ੁਰੂ ਕਰਾਂਗੇ। ਪੂਰਾ ਟੈਕਸਟ ਤੁਸੀਂ ਕਰਕੇ ਪੂਰੀ ਇਹਨਾਂ ਨੂੰ ਲਿਖ ਸਕਦੇ ਹੋ, ਆਪਣਾ ਜੋ ਵੀ ਸਵਾਲ ਹੈ ਤੁਹਾਡਾ। ਤੇ ਤੁਸੀਂ ਡਾਕਟਰ ਸਾਹਿਬ ਦੇਖਿਆ ਜੀ ਕਿ ਬਹੁਤ ਸ਼ੁਕਰੀਆ ਪੇਸ਼ੈਂਟਸ ਜਿਹੜੇ ਸਾਡੇ ਹੈਗੇ ਨੇ, ਤੁਹਾਡੇ ਪੇਸ਼ੈਂਟਸ ਨੇ, ਇਹਨਾਂ ਨੇ ਕਿੱਦਾਂ ਸਵਾਲ ਪੁੱਛੇ, ਕਿਉਂਕਿ ਇਹ ਪ੍ਰੋਬਲਮ ਤੁਸੀਂ ਦੇਖਿਆ ਕਾਫੀ ਮੇਜਰ ਸੈਗਮੈਂਟ ਜਿਹੜਾ ਹੈਗਾ, ਬਹੁਤ ਸਾਰੇ ਇਸ ਦੇ ਸ਼ਿਕਾਰ ਨੇ, ਬਿਮਾਰੀ ਤੋਂ ਨਜਾਤ ਚਾਹਣਾ ਚਾਹੁੰਦੇ ਨੇ। ਔਰ ਇਹ ਦਰਸ਼ਕਾਂ ਨੂੰ ਦੱਸ ਦਈਏ ਕਿ ਹੋਮਿਓਪੈਥੀ ਔਰ ਹਰਬਲ ਦੇ ਵਿੱਚ ਇਸ ਸੈਗਮੈਂਟ ਦੇ ਵਿੱਚ ਬਹੁਤ ਅੱਛੀਆਂ ਦਵਾਈਆਂ ਮੌਜੂਦ ਨੇ। ਡਾਕਟਰ ਚੌਧਰੀ ਦੇ ਕੋਲ ਤੁਸੀਂ ਆਓ ਔਰ ਉਹਨਾਂ ਨੂੰ ਕੰਸਲਟ ਕਰੋ, ਉਹਨਾਂ ਨਾਲ ਗੱਲ ਕਰੋ। ਡਾਕਟਰ ਚੌਧਰੀ ਜੀ ਸਾਡੇ ਸਟੂਡੀਓ 'ਚ ਆਏ, ਸਾਡੇ ਨਾਲ ਗੱਲ ਕੀਤੀ, ਬਹੁਤ ਬਹੁਤ ਸ਼ੁਕਰੀਆ। ਅਗਲੇ ਹਫਤੇ ਅਸੀਂ ਇਸੇ ਟੋਪਿਕ ਨੂੰ ਫਿਰ ਕਰਾਂਗੇ, ਸਾਡੇ ਕਾਫੀ ਮੇਲਸ ਆਏ ਨੇ, ਉਹਨਾਂ ਦੇ ਜਵਾਬ ਦੇਵਾਂਗੇ ਜ਼ਰੂਰ। ਤੇ ਅਗਲੇ ਹਫਤੇ ਇਸ ਟੋਪਿਕ ਤੇ ਫਿਰ ਗੱਲ ਕਰਾਂਗੇ ਜੀ। ਡਾਕਟਰ ਚੌਧਰੀ, ਥੈਂਕ ਯੂ, ਥੈਂਕ ਯੂ ਜੀ। ਤੇ ਅਗਲੇ ਹਫਤੇ ਤੁਹਾਨੂੰ ਅਗਲੇ ਐਪੀਸੋਡ 'ਚ ਫਿਰ ਮਿਲਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।